का खालसा वाहिगुरु जी की फतेह। दोहराया गया कही अकाल की, सब सिखन को हुक्म है, गुरु ग्रंथ जी माने हो, जो प्रभु को मिल वो चवे, राज करेगा खालसा, वार हुए सब मिलेंगे। बोले बलहार जिन पूर्ण पैर
ਐਤਵਾਰ ਦੇ ਹਫ਼ਤਾ ਵਾਲੇ ਦਿਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚੀ ਸਾਧ ਸੰਗਤ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਾਈ ਅਮਰਜੀਤ ਸਿੰਘ ਜੀ ਦੇ ਜੱਥੇ ਤੋਂ ਮਨੋਹਰ ਕੀਰਤਨ ਸਰਵਣ ਕੀਤਾ ਹੈ, ਧੰਨਵਾਦ ਹੈ ਭਾਈ ਸਾਹਿਬ ਦਾ। ਅਰਦਾਸਾਂ ਬੇਨਤੀਆਂ ਜੋੜੀਆਂ ਹੋਈਆਂ ਹਨ। ਭਾਈ ਬਲਕਾਰ ਸਿੰਘ ਜੀ ਨੇ ਗੁਰੂ ਦਾ ਹੁਕਮ ਸਰਵਣ ਕਰਵਾਇਆ ਹੈ, ਪਰਮਾਤਮਾ ਕਿਰਪਾ ਕਰੇ ਹੁਕਮ 'ਤੇ ਚੱਲਣ ਦੀ ਬਲ ਬੁੱਧੀ ਬਖਸ਼ੇ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਹੈ। ਆਈ ਸੰਗਤ ਦਾ ਬਹੁਤ 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 ਧੰਨਵਾਦ ਕੀਤਾ ਜਾਂਦਾ ਹੈ। ਕੁਛ ਪ੍ਰੋਗਰਾਮ ਅਗਲੇ ਹਫ਼ਤੇ ਦੇ ਇਸ ਤਰ੍ਹਾਂ ਹਨ। 22 ਜਨਵਰੀ ਸ਼ਨਿਚਰਵਾਰ ਨੂੰ ਭਾਈ ਮਨਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ ਅਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ ਸੀ, ਜਿਨ੍ਹਾਂ ਦੇ ਭੋਗ ਕੱਲ੍ਹ ਨੂੰ ਸੋਮਵਾਰ ਪਾਏ ਜਾਣਗੇ ਅਤੇ ਕੀਰਤਨ ਸਜਾਇਆ ਜਾਵੇਗਾ। ਇੱਕ ਸ਼ੋਕਮਈ ਸੂਚਨਾ ਇਸ ਤਰ੍ਹਾਂ ਹੈ, ਬੀਬੀ ਗੁਰਮੀਤ ਕੌਰ ਸੰਧਾ ਪਿਛਲੇ ਦਿਨੀ ਕਾਲ ਚਲਾਣਾ ਕਰ ਗਏ ਸਨ। ਉਹਨਾਂ ਦਾ ਫਿਊਨਰਲ 26 ਜਨਵਰੀ ਬੁੱਧਵਾਰ ਦਿਨ ਦੇ 2 ਵਜੇ ਹੈਂਡਸਟਾਕ ਫਿਊਨਰਲ ਹੋਮ 98 ਸਟੇਟ 'ਤੇ ਹੋਵੇਗਾ, ਜਿਨ੍ਹਾਂ ਦੀ ਅੰਤਮ ਅਰਦਾਸ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।